ਨਾਲ ਬਲੈਕਮੇਲ ਬਹੁਤ ਕਰਦਾ ਪਿਆ ਸੀਗਾ ਤੇ ਮੈਂ ਇਹਨੂੰ ਅੱਜ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਤੇ ਇਹਨੇ ਬੁਲਾਇਆ ਫੋਨ ਕਰਕੇ ਹਨਾ ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਉੱਥੇ ਜੋਤੀ ਜੀ ਗਏ ਮੈਨੂੰ ਦੱਸਿਆ ਨੀ ਘਰੋਂ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬਦਤਮੀਜ਼ੀ ਕਰਨ ਲੱਗ ਪਿਆ ਇਹ ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਲਟੋ ਗੱਡੀ 'ਚ ਇਹ ਨੀ ਪਤਾ ਸਾਨੂੰ ਕੌਣ ਸੀਗੇ ਅਣਪਛਾਤੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀ ਸੀ ਆਰ ਦੀ ਗੱਡੀ ਆ ਗਈ ਕੁਦਰਤੀ ਜਿੱਦਾਂ ਮੇਰੀ ਕਿਸਮਤ ਦਾ ਸੰਗਤ ਦੀਆਂ ਦੁਆਵਾਂ ਉਹ ਪੀ ਸੀ ਆਰ ਦੀ ਗੱਡੀ ਆਉਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਚਮਕਿਆ ਕਿ ਉਹਨਾਂ ਨੇ ਹਾਂਜੀ ਮੈਡਮ ਕੀ ਗੱਲ ਕੀ ਹੋਈ ਸੀਗੀ ਗੱਲ ਕੁਛ ਨੀ ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁਤ ਕਰਦਾ ਸੀਗਾ ਤੇ ਮਤਲਬ ਏਦਾਂ ਹੀ ਫੋਨ ਮੈਸੇਜ ਵਟਸਐਪ ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਏਦਾਂ ਇਮੋਸ਼ਨਲ ਬਲੈਕਮੇਲ ਬਹੁਤ ਕਰਦਾ ਪਿਆ ਸੀਗਾ ਤੇ ਫਿਰ ਮੈਂ ਇਹਨੂੰ ਅੱਜ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਹਨੇ ਬੁਲਾਇਆ ਨਾ ਆਪਾਂ ਨੂੰ ਤੇ ਇਹਨੇ ਬੁਲਾਇਆ ਫੋਨ ਕਰਕੇ ਹਨਾ ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਉਤੋਂ ਇਹ ਵਟਸਐਪ ਕੋਲ ਆ ਕੇ ਸਾਨੂੰ ਜਦੋਂ ਫੋਨ ਕਰਦੇ ਵਟਸਐਪ ਕੋਲ ਲਗਾਉਂਦਾ ਸੀਗਾ ਤੇ ਕਦੀ ਕਦੀ ਸਨੈਪਚੈਟ ਤੇ ਕੋਲ ਲਗਾਉਂਦਾ ਸੀਗਾ ਕਦੀ ਸਨੈਪਚੈਟ ਤੇ ਕਦੀ ਵਟਸਐਪ ਕੋਲ ਲਗਾਉਂਦਾ ਸੀਗਾ ਇਹ ਕਿ ਮੇਰੇ ਕੋਲ ਤੁਹਾਡੇ ਕੋਈ ਪ੍ਰੂਫ ਆ ਮੈਂ ਵੀਡੀਓ ਦੇਣੇ ਆ ਜਾਂ ਇੱਦਾਂ ਕਰ ਦੇਣੀ ਉੱਦਾਂ ਕਰ ਦੇਣੀ ਆ ਮਤਲਬ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾ ਇਹਨੇ ਕਿਹਾ ਕਿ ਕਹਿੰਦਾ ਮੈਂ ਲਿੱਦੜਾ ਪੁਲਿਸ ਥੱਲੇ ਖੜਾ ਤੁਸੀਂ ਉੱਥੇ ਆਓ ਤੇ ਉੱਥੇ ਜੋਤੀ ਜੀ ਗਏ ਮੈਨੂੰ ਦੱਸਿਆ ਨਹੀਂ ਘਰੋਂ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬਦਤਮੀਜ਼ੀ ਕਰਨ ਲੱਗ ਪਿਆ ਇਹ ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਲਟੋ ਗੱਡੀ 'ਚ ਇਹ ਨਹੀਂ ਪਤਾ ਸਾਨੂੰ ਕੌਣ ਸੀਗੇ ਅਣਪਛਾਤੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ ਤੇ ਇਹਦੀ ਗੱਡੀ ਦਾ ਵੇਰਕਾ ਮੈਨੂੰ ਘੁਮਾਉਣ ਦੇ ਲੱਗ ਕੇ ਟਾਇਰ ਪੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪੜ ਗਿਆ ਮੁੜ ਕੇ ਪਠਾਨਕੋਟ ਚੌਂਕ ਲੱਗ ਕੇ ਇਹਦੀ ਗੱਡੀ ਰੋਕ ਲਈ ਇਹਨੇ ਆਪੇ ਜੋ ਟਾਇਰ ਪੱਟਾ ਗੱਡੀ ਚੱਲੀ ਨਹੀਂ ਟਾਇਰ ਪੱਟੇ ਦੀ ਗੱਡੀ ਚਲਾਉਂਦਾ ਰਿਹਾ ਹੈ ਤੇ ਟਾਇਰ ਪੱਟੇ ਦੀ ਉਹ ਗੱਡੀ ਨੇ ਰੋਕੀ ਆ ਸਾਡੇ ਮੁੰਡੇ ਨੇ ਬੈਂਸ ਆ ਹੱਥੋਂ ਪਈ ਉਹਨਾਂ ਥੱਲੇ ਦੰਦੀਆਂ ਵੀ ਵੱਡੀਆਂ ਮੁੰਡੇ ਦੇ ਨੇ ਠੀਕ ਆ ਇਹਦੇ ਕਰ ਉਹਨੇ ਇਹਨੇ ਕਿਰਪਾਨ ਵੀ ਕੱਢ ਕੇ ਮਾਰੀ ਸਾਡੇ ਮੁੰਡੇ ਦੇ ਫਿਰ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਥਾਣੇ ਲੈ ਕੇ ਇੱਕ ਨੰਬਰ ਅਸੀਂ ਲਿਜਾਣਾ ਸੀਗਾ ਇਹਨੂੰ ਰਾਮਾ ਮੰਡੀ ਥਾਣੇ ਮੁੰਡਿਆਂ ਨੂੰ ਪਤਾ ਨਹੀਂ ਸੀਗਾ ਉਹ ਇੱਕ ਨੰਬਰ ਥਾਣੇ ਲੈ ਕੇ ਜੋਤੀ ਜੀ ਮੇਰੇ ਨਾਲ ਪਹਿਲਾਂ ਥਾਣੇ ਪਹੁੰਚ ਗਏ ਸੀ ਅਸੀਂ ਥਾਣੇ ਪਹੁੰਚੇ ਨਾਲ ਹੀ ਉਹਨੂੰ ਥਾਣੇ ਲੈਂਦਾ ਫਿਰ ਥਾਣੇ ਵਾਲਿਆਂ ਨੇ ਤੇ ਰਾਮਾ ਮੰਡੀ ਥਾਣਿਆਂ ਨੇ ਫੋਨ ਕੀਤਾ ਮੌਕੇ 'ਤੇ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਵਾ ਹੋਇਆ ਵਾ ਅਤੇ ਅਸੀਂ ਲਿੱਦਣਾ ਪੁਲਿਸ ਥੱਲੇ ਨੇ ਗਏ ਜਿੱਥੇ ਗੱਡੀ ਖੜੀ ਸੀ ਉੱਥੇ ਗਏ ਅਸੀਂ ਉੱਥੇ ਉਹਨਾਂ ਨੇ ਸਾਨੂੰ ਵੀ ਬੁਲਾਇਆ ਇਹਨੂੰ ਵੀ ਨਾਲ ਲਿਆਂਦਾ ਥਾਣੇ ਵਾਲਿਆਂ ਨੇ ਉੱਥੋਂ ਉਹਨਾਂ ਨੇ ਸਾਰਾ ਮੌਕੇ 'ਤੇ ਦੇਖ ਲਿਆ ਜੋ ਵੀ ਸੀਗਾ ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੋਦਰ ਚੌਂਕ ਲਾਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ ਉਹ ਵੀ ਕੰਪਲੇਂਟ ਅਸੀਂ ਇੱਕ ਨੰਬਰ ਦੂਜਾ ਨੰਬਰ ਇੱਕ ਦੇ ਵਿੱਚ ਉਹ ਵੀ ਲਿਖੀ ਹੋਈ ਹੈ ਪੈਂਡਿੰਗ ਪਈ ਆ ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਬੁਲਾਇਆ ਉਦੋਂ ਵੀ ਆਇਆ ਨਹੀਂ ਇਹ ਮਤਲਬ ਸਾਨੂੰ ਕਦੀ ਗਾਲਾਂ ਕੱਢਦਾ ਵਾ ਕਦੀ ਕੁਛ ਕਰਦਾ ਕਦੀ ਸਾਨੂੰ ਸ਼ੋਅਾਂ ਦੇ ਹਮਲੇ ਕਰਾ ਦਿੰਦਾ ਸਾਡੇ ਤੇ ਸਾਡੇ ਸ਼ੋਅ ਵੀ ਫੜਦਾ ਵਾ ਉਹਨਾਂ 'ਚ ਵੀ ਪੈਸੇ ਖਾ ਲੈਂਦਾ ਵਾ ਤੇ ਆ ਪਿੱਛੇ ਜੇ ਸਾਡੇ ਨਕੋਦਰ ਚੌਂਕ ਲਾਗੇ ਵੀ ਹਮਲਾ ਹੋਇਆ ਵਾ ਉਹ ਵੀ ਨਹੀਂ ਹਜੇ ਵੈਰੀਫਾਈ ਹੋਇਆ ਠੀਕ ਆ ਮਤਲਬ ਕਿ ਇੱਦਾਂ ਦੀਆਂ ਹਰਕਤਾਂ ਕਰਾਉਂਦਾ ਇਹ ਕਹਿੰਦਾ ਪੁਲਿਸ ਨੂੰ ਕਹਿੰਦਾ ਕਿ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ ਸਾਡੀ ਗੱਡੀ 'ਚ ਹਿੱਟ ਹੋਈ ਸਾਡੀ ਗੱਡੀ ਵੀ ਟੁੱਟੂਗੀ ਇਹਦੀ ਗੱਡੀ ਟੁੱਟੀ ਹੈ ਜੇ ਸਾਡੀ ਇਹਦੀ ਗੱਡੀ ਦੇਖੋ ਕਿੰਨੇ ਡੈਮੇਜ ਹੋਈ ਹੈ ਜੇ ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ ਸਾਡੀ ਵੀ ਗੱਡੀ ਵੀ ਟੁੱਟੂਗੀ ਨਾ ਸਾਡੀ ਗੱਡੀ ਦੱਸੋ ਕਿੱਥੋਂ ਟੁੱਟੀ ਹੈ ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਆ ਜਿਹੜੀ ਹੋਈ ਸੀਗੀ ਆਪਣੇ ਗੁਰੂ ਨਾਨਕ ਮਿਸ਼ਨ ਚੌਂਕ ਦੇ ਲਾਗੇ ਉਹੀ ਗੱਡੀ ਸਾਡੀ ਹਿੱਟ ਹੋਈ ਪਈ ਆ ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਨਾ ਅਸੀਂ ਗੱਡੀ 'ਚ ਹਿੱਟ ਕੀਤਾ ਨਾ ਵਾਸਤਾ ਮੌਕੇ 'ਤੇ ਪੁਲਿਸ ਆਈ ਆ ਪੁਲਿਸ ਨੇ ਲਿਆ ਕੇ ਥਾਣੇ ਹੁਣ ਰਿਕਵਰ ਕੀਤਾ ਸਾਡੇ ਦੋ ਮੁੰਡੇ ਵੀ ਇੱਥੇ ਬਿਠਾਏ ਆ ਜਿਹੜੇ ਮੁੰਡਿਆਂ ਨੇ ਸਾਨੂੰ ਇਹਨਾਂ ਨੂੰ ਫੜਿਆ ਸੀਗਾ ਦੋ ਮੁੰਡੇ ਸਾਡੇ ਆ ਇਹ ਵੀ ਨਾਲ ਬਿਠਾਇਆ ਦਰਖਾਸਤ ਦਿੱਤੀ ਸਰ ਹਾਂਜੀ ਦਰਖਾਸਤ ਦੇ ਦਿੱਤੀ ਅਸੀਂ ਹਾਂਜੀ ਹੁਣ
ਹਾਂਜੀ, ਮੈਂ ਜੈਰਵ ਜੀ ਦੀ, ਮੈਂ ਕੁਨਾਲ ਪਾਸੀ। ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿ ਜੋਤੀ ਨੂਰਾ ਜੀ, ਮੈਂ 2 ਸਾਲ ਤੋਂ ਕੁਛ ਵੀ ਮੈਂ ਬੋਲਿਆ ਵੀ ਨਹੀਂ, ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਛ ਹੈਗਾ ਠੀਕ ਆ, ਪਰ ਥੋੜ੍ਹੇ ਦਿਨਾਂ ਤੋਂ ਹੀ ਕੰਟੀਨਿਊਸਲੀ ਕਰ ਰਹੇ, ਕਦੀ ਕੁਛ ਕਦੀ ਕੁਛ, ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ। ਤਾਂ ਅੱਜ ਇਹਨਾਂ ਦੀ ਕਾਲ ਆਉਂਦੀ ਆ ਕਿ ਕਿੱਥੇ ਆ ਤੂੰ, ਮੈਂ ਕਿਹਾ ਮੈਂ ਫਲੋਰ, ਕਹਿੰਦੀ ਤੂੰ ਹੁਣੀ ਆਏਂਗਾ ਜਲੰਧਰ? ਉਹ ਭਾਅ ਜੀ ਪਰਿਵਾਰ ਬਚਾਉਣ ਲਈ ਪੰਕਜ ਭਾਅ ਜੀ ਕੌਣ ਨਹੀਂ ਕੁਛ ਕਰਦਾ, ਤੁਸੀਂ ਮੈਨੂੰ ਦੱਸੋ। ਹੁਣ ਇੱਕੋਦਮ ਕਾਲ ਆਈ, ਜੇ ਮੇਰੇ ਦਿਲ 'ਚ ਕੁਛ ਇੱਦਾਂ ਦਾ ਹੋਵੇ ਵੀ ਜੋਤੀ ਨੇ ਮੇਰੇ ਨਾਲ ਗਲਤ ਕਰਨਾ ਜਾਂ ਕੁਛ ਹੈ, ਤਾਂ ਮੈਂ ਇਕੱਲਾ ਕਦੀ ਵੀ ਨਾ ਆਉਂਦਾ ਭਾਅ ਜੀ, ਕਦੀ ਵੀ ਨਾ ਆਉਂਦਾ। ਮੈਂ ਫਿਰ ਵੀ ਸਭ ਕੁਛ ਭੁਲਾ ਕੇ ਮੈਂ ਆਇਆ। ਔਰ ਭਾਅ ਜੀ ਇਹਨੇ ਮੈਨੂੰ ਵਿਧੀਪੁਰ ਰੋਡ 'ਤੇ ਬੁਲਾਇਆ, ਫਲਾਈਓਵਰ ਦੇ ਕੋਲ ਸੁਨਮ ਸਾਂਝ। ਮੈਂ ਜਦੋਂ ਵਿਧੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ, ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ। ਔਰ ਭਾਅ ਜੀ ਮੈਂ ਪਿੱਛੋਂ ਹੀ ਜਿਹੜਾ ਵਿਧੀਪੁਰ ਵਾਲਾ ਡਿਵਾਈਡਰ ਆ ਨਾ, ਮੈਂ ਉੱਥੋਂ ਹੀ ਯੂ ਟਰਨ ਲੈ ਕੇ ਅਤੇ ਮੈਂ ਵਾਪਿਸ ਹੋਣ ਲੱਗਾ, ਅਤੇ 4 ਬੰਦੇ ਇਹਨਾਂ ਨੇ I-20 ਗੱਡੀ ਦੇ ਵਿੱਚ ਖੜ੍ਹੇ ਕੀਤੇ ਹੋਏ, ਉਹ ਚੋਰ ਚੱਕੇ ਜੇ ਜਿਹੜੇ ਅੰਨ ਹਾਲੇ ਲਈ ਫਿਰਦੇ, ਕੋਈ ਫੀਮ ਵੇਚਣ ਵਾਲਾ, ਕੋਈ ਕੁਛ ਵੇਚਣ ਵਾਲਾ, ਸਭ ਮਤਲਬ ਸਭ ਦਾ ਹੁਣ ਹੋਊਗਾ ਨਵੇੜਾ, ਇੱਦਾਂ ਨਹੀਂ ਜਾਂਦੇ ਹੁਣ ਇਹ। ਅਤੇ ਉਹ ਬੰਦਿਆਂ ਨੇ ਨਾ ਮੇਰਾ ਇੱਦਾਂ ਕਾਰ ਰੋਕ ਕੇ, 4 ਜਣਿਆਂ ਨੇ ਮੇਰਾ ਕੜਾ ਫੜਿਆ, ਆਹ ਦੇਖੋ ਕੜਾ ਫੜਿਆ, ਅਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ CA ਸਟਾਫ ਤੋਂ ਹਾਂ, ਅਤੇ 4 ਨੇ ਪਿਸਟਲਾਂ ਰੱਖ ਦਿੱਤੀਆਂ ਮੇਰੇ 'ਤੇ। ਮੈਂ ਉੱਥੋਂ ਭਾਅ ਜੀ ਕੜਾ ਕਿਸੇ ਤਰ੍ਹਾਂ ਛਡਾ ਕੇ, ਮੇਰੇ ਗੁੱਟ ਵੀ ਛਿੱਲਿਆ ਗਿਆ ਸਾਰਾ, ਅਤੇ ਮੈਂ ਗੱਡੀ ਨਠਾਈ। ਮੈਂ ਗੱਡੀ ਨਠਾਈ, ਇਹਨਾਂ ਨੇ ਭਾਅ ਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ, ਉੱਥੋਂ ਫੋਰਚੂਨਰਾਂ ਵੀ ਰਲ ਗਈਆਂ ਅਤੇ I-20 ਵੀ ਰਲ ਗਈ, ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ। ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ, ਵਿਧੀਪੁਰ ਤੋਂ ਲੈ ਕੇ ਅਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁੱਲ ਟੱਪ ਗਏ ਸੀ ਅਸੀਂ, ਪਠਾਨਕੋਟ 'ਚੋਂ ਵੀ ਟੱਪ ਗਏ ਸੀ ਅਸੀਂ। ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ, ਜਦੋਂ ਇਹਨਾਂ ਨੇ ਪਠਾਨਕੋਟ ਚੌਂਕ ਟੱਪਦੇ ਮੇਰੇ 'ਚ ਗੱਡੀ ਮਾਰੀ ਨਾ, ਅਤੇ ਟਾਇਰ ਸਾਰਾ ਬਲਾਸਟ ਹੋ ਗਿਆ। ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਗਿਆ ਰਿਮ ਦੇ ਉੱਪਰ ਹੀ। ਇਹਨਾਂ ਨੇ ਭਾਅ ਜੀ ਉੱਥੇ ਜਿੱਥੇ ਮੇਰੀ ਗੱਡੀ ਰੁਕ ਗਈ, ਇਹਨਾਂ ਨੇ 3 ਗੱਡੀਆਂ ਰੋਕੀਆਂ ਆਪਣੀਆਂ, ਜੋਤੀ ਨੂਰਾਂ ਜੀ ਆ ਵਿੱਚ, ਅਵਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾਂ ਨੇ ਬਣਾਇਆ ਹੋਇਆ, ਉਸਮਾਨ, ਸਭ ਝੂਠ, ਸਭ ਝੂਠ, ਇਹਦੇ ਸਾਰੇ ਕੰਮ ਝੂਠ ਕੁੜੀ ਦੇ। ਅਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼, 10-10 ਜਾਣੇ 8-8 ਜਾਣੇ ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ, ਵਕਤ ਤੁਹਾਨੂੰ ਹੁਣ ਦੱਸੂਗਾ। ਤੁਹਾਨੂੰ ਮੈਂ 2 ਸਾਲਾਂ ਤੋਂ ਕੁਛ ਨਹੀਂ ਕਿਹਾ, ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ, ਇਲਜ਼ਾਮ ਦੂਜਿਆਂ 'ਤੇ ਲਾਉਂਦੇ ਹੋ ਨਾ, ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸਾਲਿਓ ਰੱਬ ਨੂੰ ਮੰਨਣ ਵਾਲਾ ਨਹੀਂ, ਆ ਵਿੱਚ ਹੀ ਆ ਤੁਹਾਡੀ ਜੋਤੀ ਨੂਰਾਂ ਵੀ। ਹੁਣ ਨਹੀਂ ਮੈਂ ਡਰਦਾ ਜੋਤੀ ਨੂਰਾਂ ਤੇਰੇ ਤੋਂ ਭਾਅ ਜੀ। ਜਦੋਂ ਗੱਡੀ ਉੱਥੇ ਮੇਰੀ ਰੁਕ ਗਈ ਬਲਾਸਟ ਹੋਣ ਤੋਂ ਬਾਅਦ, ਟਾਇਰ ਬਲਾਸਟ ਹੋ ਗਏ, ਉੱਥੋਂ ਇਹਨਾਂ ਨੇ 8 ਜਣਿਆਂ ਨੇ ਮੈਨੂੰ ਇੰਨਾ ਕੁ ਕੁੱਟਿਆ ਭਾਅ ਜੀ, ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ, ਮਾਰ ਕੇ ਇਹਨਾਂ ਨੇ ਆਪਣੇ ਵੱਲੋਂ 8-9 ਜਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ I-20 ਉਹ 'ਚ ਚੱਕ ਕੇ ਸਿੱਟ ਲਿਆ। ਔਰ ਜਦੋਂ ਭਾਅ ਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਹ 'ਤੇ ਲੈ ਕੇ ਚੱਲਦੇ ਇਹਨੂੰ, ਇੱਧਰ ਲੈ ਕੇ ਚੱਲਦੇ ਇਹਨੂੰ, ਅਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ, ਉੱਧਰੋਂ PCR ਦੀ ਗੱਡੀ ਆ ਗਈ, ਕੁਦਰਤੀ ਜਿੱਦਾਂ ਮੇਰੀ ਕਿਸਮਤ ਜਾਂ ਸੰਗਤ ਦੀਆਂ ਦੁਆਵਾਂ, ਉਹ PCR ਦੀ ਗੱਡੀ ਆਉਂਦੀ ਦੇਖ ਕੇ ਨਾ ਭਾਅ ਜੀ ਇਹਨਾਂ ਦਾ ਦਿਮਾਗ ਟਨਕ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ, ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ, ਅਤੇ ਪੁਲਿਸ ਕਾਰਵਾਈ ਕਰੂਗੀ, ਅਤੇ ਨਹੀਂ ਤਾਂ ਇਹਨਾਂ ਨੇ ਭਾਅ ਜੀ ਕੁਛ ਨਹੀਂ ਪਤਾ ਲੱਗਣ ਦੇਣਾ ਸੀ। ਇਹਨਾਂ ਨੇ ਉਸੇ ਟਾਈਮ ਗੱਡੀ ਵਿਧੀਪੁਰ ਵੱਲੋਂ ਵਾਪਿਸ ਲੈ ਕੇ ਅਤੇ ਮਕਸੂਦਾਂ ਥਾਣੇ 'ਚ ਲਿਆ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ PCR ਦੇਖ ਚੁੱਕੇ ਆ। ਮੈਂ ਜੀ ASI ਜਰਮਨਜੀਤ ਥਾਣਾ ਰਾਮਾ ਮੰਡੀ ਤੋਂ। ਇੱਕ PCR ਦਾ ਫੋਨ ਆਇਆ PCR ਟੀਮ ਦਾ,
ਤੇ ਇੱਕ ਨਾ ਕਨਾਲ ਪਾਰਸੀ ਸਿੰਗਰ ਆ ਜਿਹੜੇ, ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈ ਓਵਰ 'ਤੇ ਉੱਥੇ ਮਤਲਬ ਤਿੰਨ ਚਾਰ ਲੜਕੇ ਆਖਣ ਡੇ ਵੀ ਗੱਡੀ ਦੇ ਵਿੱਚ ਮਤਲਬ ਘੇਰ ਕੇ ਕੁੱਟਮਾਰ ਕਰ ਰਹੇ ਆ। ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਉੱਥੇ ਉਹ ਦੋਵੇਂ ਧਿਰਾਂ ਨੂੰ ਮਿਲ ਗਈਆਂ ਅਸੀਂ, ਕਨਾਲ ਪਾਰਸੀ ਅਤੇ ਉਹਦੀ ਜਿਹੜੀ ਪਹਿਲਾਂ ਵਾਈਫ ਜੋਤੀ ਨੂਰਾ। ਅਤੇ ਇਹ ਦੋਵਾਂ ਧਿਰਾਂ ਨੇ ਸਾਨੂੰ ਦਰਖਾਸਤਾਂ ਦੇ ਦਿੱਤੀਆਂ ਅਤੇ ਜੋ ਵੀ ਇਹਦੀ ਬਣਦੀ ਕਾਰਵਾਈ ਉਹ ਅਮਲ 'ਚ ਲਿਆਂਦੀ। ਕਨਾਲ ਪਾਰਸੀ ਵੱਲੋਂ ਇਹੋ ਵੀ ਮੈਨੂੰ ਇਹਨਾਂ ਨੇ ਬੁਲਾ ਕੇ ਇੱਥੇ ਵਿਧੀਪੁਰ ਕੋਲ ਅਤੇ ਇਹਨਾਂ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਮੇਰੀ ਗੱਡੀ ਨੂੰ ਹਿੱਟ ਕੀਤਾ। ਜੋਤੀ ਨੂਰਾ ਵੱਲੋਂ ਵੀ ਇਹੋ ਹੈ ਵੀ ਮੈਨੂੰ ਇਹਨਾਂ ਨੇ ਬੁਲਾਇਆ ਅਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਅਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ 'ਤੇ ਅਪਲੋਡ ਕਰਨ ਦੀ। ਕਨਾਲ ਪਾਸੀ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ, ਜੋ ਵੀ ਕਾਰਵਾਈ ਆ ਉਸ ਤਰ੍ਹਾਂ ਧਿਆਨ 'ਚ ਲਿਆ ਕੇ ਆਉਣ 'ਚ ਲਿਆਂਦੀ।